ਅੰਮ੍ਰਿਤਪਾਲ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਕਿਉਂ ਧੱਕੇਸ਼ਾਹੀ ਸਿੱਖਾਂ ਦੀ ਸਿੱਖਾਂ ਨਾਲ ਹਰ ਵਾਰ ਕੇਂਦਰ ਸਰਕਾਰ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉੱਥੇ ਹੀ NSA ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਵਿਰੋਧ ਕੀਤਾ ਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ, ਸਾਡੀਆਂ ਸਿੱਖ ਜਥੇਬੰਦੀਆਂ ਅਜੇ ਤੱਕ ਜੇਲ੍ਹ ਦੇ ਵਿੱਚ ਬੰਦ ਨੇ, 30 ਸਾਲਾਂ ਤੋਂ ਉੱਪਰ ਸਮਾਂ ਹੋ ਗਿਆ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪਰੰਤੂ ਕੇਂਦਰ ਸਰਕਾਰ ਦੇ ਵੱਲੋਂ ਜਾਣ ਬੁੱਝ ਕੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸਿੱਖਾਂ ਦੇ ਪੱਖ ਦੇ ਵਿੱਚ ਇੱਕ ਵਾਰ ਫਿਰ ਤੋਂ MP ਮਾਨ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ। ਜੀ 30 ਸਾਲਾਂ ਦੇ ਬੰਦੇ ਬੈਠੇ ਹੈ ਜੇਲ੍ਹ ਦੇ ਵਿੱਚ, ਜੇ ਆਪਾਂ ਨੇ ਗੱਲ ਕਰਨੀ ਹੈ, ਮੈਂ ਭੁੱਲ ਗਿਆ ਸੀ, ਸੋਰੀ, ਤੁਸੀਂ ਯਾਦ ਕਰਾਤੀ ਹੈ ਕਿ 30 ਸਾਲ ਤੋਂ ਕਿਵੇਂ ਇਹ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨੇ ਦੇਖਿਆ ਨਹੀਂ ਕਿ 30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ, ਅਤੇ ਜਿਹੜੇ ਜਿਨ੍ਹਾਂ ਨੇ ਮੁਸਲਮਾਨ ਅਤੇ ਬੀਬੀ ਬਾਣੋ ਨੂੰ ਬੇਇੱਜ਼ਤ ਕੀਤਾ ਸੀ, ਉਹਨਾਂ ਨੂੰ ਉਮਰ ਕੈਦ ਮਿਲੀ ਸੀ, ਉਹਨਾਂ ਨੂੰ ਤਾਂ ਪੇਰੋਲ ਦੇ ਕੇ ਬਾਹਰ ਕੱਢਤਾ, ਹੁਣ ਪੇਰੋਲ ਦੇ ਕੇ ਆਹ ਸਰਸੇ ਵਾਲੇ ਸਾਧ ਬਾਹਰ ਬੈਠਾ ਹੈ। ਇਸੇ ਤਰ੍ਹਾਂ ਮੈਡੀਕਲ ਟ੍ਰੀਟਮੈਂਟ ਦੇ ਲਈ ਉਹ ਬਾਬਾ ਬਾਹਰ ਕੱਢਤਾ ਰਾਜਸਥਾਨ ਸਰਕਾਰ ਨੇ। ਮੇਰਾ ਮਤਲਬ ਜਿਹੜੇ ਜਬਰ ਜਨਾਹ ਕਰਦੇ ਹੈ ਉਹਨਾਂ ਨੂੰ ਪੇਰੋਲ ਦੇ ਦਿੰਦੇ ਹੈ, ਅਤੇ ਸਭ ਤੋਂ ਮਾੜੀ ਕਲੰਕਿਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ। ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ, ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ? ਕਿਉਂ ਕਰਕੇ ਹਿੰਦੁੱਤਵਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਅਤੇ ਇਹ ਸਮਝਦੇ ਹੈ ਕਿ ਬੀਬੀ ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾ ਵਸਾਓ, ਇਹ ਜੁਰਮ ਹੀ ਨਹੀਂ ਹੈ। ਬਾਕੀ ਦੇ ਸਾਰੇ ਜੁਰਮ ਹੈਗੇ ਹੈ, ਪਰ ਉਹ ਬੀਬੀ ਨੂੰ ਨਾ ਵਸਾਉਣਾ ਇਹ ਜੁਰਮ ਹੀ ਨਹੀਂ ਹੈ। ਇਹ ਕਿੱਥੋਂ ਦੀ ਗੱਲ ਹੈ? ਇਹਦੀ 30 ਸਾਲਾਂ ਦੇ ਬੰਦੇ ਬੈਠੇ ਹੈ ਜੇਲ੍ਹ ਦੇ ਵਿੱਚ। ਜੇ ਆਪਾਂ ਨੇ ਗੱਲ ਕਰਨੀ ਹੈ, ਮੈਂ ਭੁੱਲ ਗਿਆ ਸੀ, ਸੋਰੀ, ਤੁਸੀਂ ਯਾਦ ਕਰਾਤੀ ਹੈ ਕਿ 30 ਸਾਲ ਤੋਂ ਕਿਵੇਂ ਇਹ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨੇ ਦੇਖਿਆ ਨਹੀਂ ਕਿ 30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ, ਅਤੇ ਜਿਹੜੇ ਜਿਨ੍ਹਾਂ ਨੇ ਮੁਸਲਮਾਨ ਅਤੇ ਬੀਬੀ ਬਾਣੋ ਨੂੰ ਬੇਇੱਜ਼ਤ ਕੀਤਾ ਸੀ, ਉਹਨਾਂ ਨੂੰ ਉਮਰ ਕੈਦ ਮਿਲੀ ਸੀ, ਉਹਨਾਂ ਨੂੰ ਤਾਂ ਪੇਰੋਲ ਦੇ ਕੇ ਬਾਹਰ ਕੱਢਤਾ, ਹੁਣ ਪੇਰੋਲ ਦੇ ਕੇ ਆਹ ਸਰਸੇ ਵਾਲੇ ਸਾਧ ਬਾਹਰ ਬੈਠਾ ਹੈ। ਇਸੇ ਤਰ੍ਹਾਂ ਮੈਡੀਕਲ ਟ੍ਰੀਟਮੈਂਟ ਦੇ ਲਈ ਉਹ ਬਾਬਾ ਬਾਹਰ ਕੱਢਤਾ ਰਾਜਸਥਾਨ ਸਰਕਾਰ ਨੇ। ਮੇਰਾ ਮਤਲਬ ਜਿਹੜੇ ਜਬਰ ਜਨਾਹ ਕਰਦੇ ਹੈ ਉਹਨਾਂ ਨੂੰ ਪੇਰੋਲ ਦੇ ਦਿੰਦੇ ਹੈ, ਅਤੇ ਸਭ ਤੋਂ ਮਾੜੀ ਕਲੰਕਿਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ। ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ, ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ? ਕਿਉਂ ਕਰਕੇ ਹਿੰਦੁੱਤਵਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਅਤੇ ਇਹ ਸਮਝਦੇ ਹੈ ਕਿ ਬੀਬੀ ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾ ਵਸਾਓ, ਇਹ ਜੁਰਮ ਹੀ ਨਹੀਂ ਹੈ। ਬਾਕੀ ਦੇ ਸਾਰੇ ਜੁਰਮ ਹੈਗੇ ਹੈ, ਪਰ ਉਹ ਬੀਬੀ ਨੂੰ ਨਾ ਵਸਾਉਣਾ ਇਹ ਜੁਰਮ ਹੀ ਨਹੀਂ ਹੈ। ਇਹ ਕਿੱਥੋਂ ਦੀ ਗੱਲ ਹੈ?